ਗਈਆਂ ਇਹ ਵੀਰ ਜੀ, ਇਹਦੀ ਗੱਡੀ ਡੱਕੀ ਸੀ ਆਟੋ ਗੱਡੀ, ਇਹਦੇ ਜਾਲੀਆਂ ਲੱਗੀਆਂ, ਉਹਦਾ ਚਲਾਨ ਕੀਤਾ ਜੇ, ਇਹ ਕਹਿੰਦਾ ਮੇਰਾ ਗਲਤ ਕੀਤਾ, ਨੰਬਰ ਪਲੇਟ ਇਹਦੇ ਨਹੀਂ ਲੱਗੀ ਹਾਈ ਸਕਿਓਰਿਟੀ ਦੀ, ਆਰਸੀ ਜਿਹੜੀ ਇਹਦੀ ਕਾਪੀ ਵਾਲੀ ਆ ਲੰਘ ਚੁੱਕੀ ਆ, ਔਨਲਾਈਨ ਉਹ ਨਹੀਂ ਖੋਲਦੀ, ਇਹ ਗੱਲ ਤੋਂ ਇਹ ਗਿਰਾ ਕਰ ਰਿਹਾ ਹੁਕਮ ਹੁੰਦਾ, ਅਫਸਰਾਂ ਨੇ ਬੰਦ ਕੀਤੀਆਂ ਮੌਕੇ 'ਤੇ ਕਿਤਾਬਾਂ, ਮੌਕੇ 'ਤੇ ਕਿਤਾਬ ਹੁੰਦੀ ਮੈਨੂੰ ਤੇਰਾ ਚਲਾਨ ਮੌਕੇ 'ਤੇ ਕੱਟਣ ਦਿੱਤੀ ਆ। ਫਿਰ ਵੀ ਆਪਣਾ ਡੀ ਟੀ ਓ ਦਫ਼ਤਰ 100 ਚਲਾਨ ਭਰ ਕੇ ਇੱਕ ਮੇਰੇ ਕੋਲ ਲਾਇਸੈਂਸ ਨਹੀਂ, ਇੰਨਾ ਮੈਂ ਕਰ ਸਕਦਾ ਤੇ ਨਹੀਂ ਦਿੰਦੇ। ਜੇ ਕੋਈ ਗੱਡੀ ਡੱਕ ਵੀ ਲੈਂਦੇ ਆ ਸਾਈਡ ਦੇ ਕਰਕੇ ਪੈਸੇ ਫੜ ਕੇ ਗਾਂਹ ਜਾਂਦੇ ਆ, ਠੀਕ ਆ, ਤੁਸੀਂ ਦੇਖਿਆ ਨਾ ਪੈਸੇ ਨਾ? ਮੈਂ ਦੇਖਿਆ, ਤੁਹਾਡੇ ਕੋਲ ਕੋਈ ਵੀਡੀਓ ਹੋਗੀ? ਵੀਡੀਓ ਦੇ ਦੇ, ਮੇਰੇ ਕੋਲ ਵੀਡੀਓ ਨਹੀਂ ਕੋਈ ਹੈ। ਫਿਰ ਤੁਸੀਂ ਭਾਈ ਕਿਸ ਤਰ੍ਹਾਂ ਕਹਿ ਸਕਦੇ? ਮੈਂ ਭਾਜੀ ਵੇਖਿਆ ਤੇ ਨਹੀਂ, ਜੇ ਤੁਸੀਂ ਵੇਖਿਆ ਵਾ ਤੇ ਫਿਰ ਗੱਲ ਕਰੋ। ਇੱਕ ਐਲੀਗੇਸ਼ਨ ਨਜਾਇਜ਼ ਲਾਉਣ ਡਿਆ ਤੇ ਪਰਚਾ ਦਰਜ ਹੋਣਾ ਜੇ, ਠੀਕ ਆ, ਨਜਾਇਜ਼ ਐਲੀਗੇਸ਼ਨ ਬਿਨਾਂ ਗੱਲ ਤੋਂ, ਮੇਰਾ ਬਿਨਾਂ ਗੱਲ ਤੋਂ ਸੈਂਸ ਚਲਾਨ ਕਰਦਾ ਤੁਸੀਂ, ਮੇਰਾ ਮੇਰਾ ਵੀਰ ਦੱਸੋ ਮੇਰੀ ਗਲਤੀ ਦੱਸੋ ਕੀ ਆ, ਮੇਰੇ ਸਾਰਾ ਕੁਝ ਕਾਗਜ਼ ਮੇਰੇ ਕੋਲ ਪੂਰੇ ਆ, ਪਰ ਇਹਨਾਂ ਮੇਰਾ ਜ਼ਿੰਦਗੀ ਹੈ, ਮੈਂ ਤਰਲੇ ਵੀ ਕੱਢਦਾ ਰਿਹਾ, ਮੌਕੇ ਦਾ ਕਰ ਦਿਉ।